ਬੀਜੇਪੀ ਦੀ ਇੱਥੇ ਰੈਲੀ ਸੀ। ਹਰ ਕਿਸੇ ਨੂੰ, ਸ਼ਹਿਰਦਾਰ ਨੂੰ ਬਹੁਤ ਆਸਾਂ ਉਮੀਦਾਂ ਸੀ ਕਿ ਕੋਈ ਵੱਡੀ ਸਾਡੇ ਵਜੋਂ ਉੱਤੇ ਸੌਗਾਤ ਦੇਣ ਦਾ ਕੋਈ ਐਲਾਨ ਹੋਏਗਾ, ਲੇਕਿਨ ਜਿੱਥੇ ਰੈਲੀ ਬਿਲਕੁਲ ਫਲੋਪ ਹੋ ਗਈ, ਉੱਥੇ ਆਸਾਂ ਉਮੀਦਾਂ 'ਤੇ ਵੀ ਮੈਨੂੰ ਵੀ ਲੱਗਦਾ ਸੀ, ਦੇਖੋ ਮੈਂ ਸੱਚੀ ਦੱਸਾਂ, ਕਿ ਪ੍ਰਧਾਨ ਮੰਤਰੀ ਜੀ ਜਲੰਧਰ ਵਾਸਤੇ ਜਾਂ ਪੰਜਾਬ ਵਾਸਤੇ ਆਉਣ ਵਾਲੀ ਸਰਕਾਰ ਦੇ ਵਿੱਚ ਕੋਈ ਰੋਡ ਮੈਪ ਦੇ ਕੇ ਜਾਣਗੇ, ਅਸੀਂ ਕਿਆ ਕਿਆ ਕਰਾਂਗੇ। ਲੇਕਿਨ ਇਹ ਬੀਜੇਪੀ ਦੀ ਰੈਲੀ ਬਿਲਕੁਲ ਫਲੋਪ ਹੋ ਗਈ, ਕਹਿੰਦੇ ਵੀ ਖੋਦਿਆ ਪਹਾੜ ਨਿਕਲਿਆ ਚੂਹਾ ਵੀ ਨਹੀਂ। ਜੇ ਆਹੀ ਦਾਲ ਸੀ ਜਿਹੜੀ ਫੁਲਕਿਆਂ ਪਰ ਆਉਣੀ, ਫਿਰ ਇੰਨਾ ਰੌਲਾ ਕਾਹਦੇ ਵਾਸਤੇ ਸੀ? ਬੀਜੇਪੀ ਦੀ ਪੂਰੀ ਕੰਪੇਨ ਇਹ ਰੈਲੀ ਪਰ ਖੜੀ ਸੀ ਕਿ ਅਸੀਂ ਪਤਾ ਨਹੀਂ ਕਿਆ ਕਰ ਦਾਂਗੇ। ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ ਸੀ। ਮੈਂ ਵੀ ਚਾਹੁੰਦਾ ਸੀ ਕਿ ਕੁਛ ਨਾ ਕੁਛ ਪੰਜਾਬ ਵਾਸਤੇ ਰੋਡ ਮੈਪ ਦੇ ਕੇ ਜਾਣ, ਕੁਛ ਦੱਸਣ ਵੀ ਅਸੀਂ ਜਲੰਧਰ ਵਾਸਤੇ ਕਿਆ ਕਰਾਂਗੇ। ਲੇਕਿਨ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਕੱਲ੍ਹ ਰੈਲੀ ਦੇ ਵਿੱਚ ਕੋਈ ਵੀ ਪੰਜਾਬ ਵਾਸਤੇ ਵਾਅਦਾ ਵੀ ਨਹੀਂ ਕੀਤਾ ਗਿਆ। ਪੁਰਾਣਾ ਤਾਂ ਕੋਈ ਕੰਮ ਗਣਾਇਆ ਹੀ ਨਹੀਂ, ਨਾ ਹੈ ਹੀ ਹੈ, ਅੱਗੇ ਵਾਸਤੇ ਵੀ ਕੋਈ ਵਾਅਦਾ ਨਹੀਂ ਕੀਤਾ ਗਿਆ। ਮੈਨੂੰ ਉਮੀਦ ਸੀ ਕਿ ਇੱਥੇ ਦੀ ਇੰਡਸਟਰੀ ਨੂੰ ਰਿਵਾਈਵ ਕਰਨ ਵਾਸਤੇ ਕੋਈ ਐਲਾਨ ਕਰਕੇ ਜਾਣਗੇ, ਕੁਛ ਨਾ ਕੁਛ ਦੱਸ ਕੇ ਜਾਣਗੇ ਕਿ ਕਿਸ ਤਰ੍ਹਾਂ ਅਸੀਂ ਇੰਡਸਟਰੀ ਨੂੰ ਰਿਵਾਈਵ ਕਰਾਂਗੇ, ਜਿਹੜੀ ਕਿ 10 ਸਾਲ ਦੇ ਵਿੱਚ ਬੀਜੇਪੀ ਦੀਆਂ ਗਲਤ ਨੀਤੀਆਂ ਕਰਕੇ, ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇੰਡਸਟਰੀ ਇੱਥੇ ਦੀ ਖਤਮ ਹੋ ਰਹੀ ਹੈ। ਉਹਨੂੰ ਮੈਨੂੰ ਉਮੀਦ ਸੀ ਕੁਛ ਰਿਵਾਈਵ ਕਰਨ ਦਾ ਕਰਨਗੇ। ਜਲੰਧਰ ਵਾਸਤੇ ਮੈਨੂੰ ਉਮੀਦ ਸੀ ਕੋਈ ਇੰਸਟੀਚਿਊਟ, ਕੋਈ ਨਵੀਂ ਯੂਨੀਵਰਸਿਟੀ ਅੰਬੇਦਕਰ ਸਾਹਿਬ ਦੇ ਨਾਮ 'ਤੇ ਕਰਨਗੇ। ਮੈਨੂੰ ਉਮੀਦ ਸੀ ਕੋਈ ਹਸਪਤਾਲ ਦਾ ਅਨਾਊਂਸਮੈਂਟ ਕਰਨਗੇ ਕਿ ਇੱਥੇ ਅਸੀਂ ਏਮਸ ਦੇਵਾਂਗੇ ਜਾਂ ਇੱਥੇ ਅਸੀਂ PGI ਲੈ ਕੇ ਆਵਾਂਗੇ। ਕੋਈ ਵੀ ਉਮੀਦ ਸਾਡੀ ਪੂਰੀ ਨਹੀਂ ਹੋਈ। ਜਲੰਧਰ ਨਿਵਾਸੀਆਂ ਨੂੰ ਨਿਰਾਸ਼ ਕਰਕੇ ਕੱਲ੍ਹ ਪ੍ਰਧਾਨ ਮੰਤਰੀ ਜੀ ਵਾਪਸ ਗਏ ਹੈ। ਇੱਥੇ ਏਅਰਪੋਰਟ ਹੈ, ਪੰਜਾਬ ਸਰਕਾਰ, ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਸਾਡੀ ਸਰਕਾਰ ਵੇਲੇ ਅਸੀਂ ਮਤਾ ਪਾਸ ਕਰਿਆ ਸੀ, ਉਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਰੱਖਿਆ ਜਾਵੇ। ਉਹ ਵੀ ਉਹ ਵਾਅਦਾ ਵੀ ਨਹੀਂ ਕਰਕੇ ਗਏ, ਹਾਲਾਂਕਿ ਸਾਡਾ ਮਤਾ ਜਿਹੜਾ ਉਹ ਬਹੁਤ ਦੇਰ ਦਾ ਗਿਆ ਹੋਇਆ। ਪੂਰੇ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ। ਇਹਨਾਂ ਦੇ ਮੈਂਬਰ ਜਿਹੜੇ ਇੱਥੇ ਦੇ ਲੀਡਰ ਹੈ ਉਹ ਕਹਿੰਦੇ ਵੀ ਸੀ ਅਸੀਂ ਇਹ ਐਲਾਨ ਕਰਾਵਾਂਗੇ ਕਿ ਆਉਣ ਵਾਲੇ ਦਿਨਾਂ 'ਚ ਕਰਾਂਗੇ, ਲੇਕਿਨ ਇੱਕ ਨਹੀਂ ਮੰਨੀ, ਉਲਟਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਮ ਵੀ ਇੱਜ਼ਤ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਨਹੀਂ ਲਿਆ, ਜਿਹੜਾ ਕਿ ਸਾਡੇ ਲੋਕਾਂ ਦੇ ਵਿੱਚ ਰੋਸ ਹੈ। ਸੋ ਇਹ ਜਿਹੜੀ ਇਹਨਾਂ ਦੀ ਫਲੋਪ ਸ਼ੋਅ ਹੋਇਆ, ਲੋਕ ਵੀ ਨਹੀਂ ਆਏ, 8 ਹਲਕਿਆਂ 'ਚੋਂ, ਪਾਰਲੀਮੈਂਟਰੀ ਹਲਕਿਆਂ 'ਚੋਂ ਬੰਦੇ ਬੁਲਾ ਕੇ ਵੀ 2-3 ਹਜ਼ਾਰ ਦਾ ਇਕੱਠ ਨਹੀਂ ਹੋ ਸਕਿਆ। ਸਿਰਫ ਥੋੜ੍ਹੇ ਜਿਹੀ ਪੋਕਿਟ ਪਰ ਫੋਕਸ ਰੱਖਿਆ ਉਹਨਾਂ ਨੇ ਇਕੱਠ ਨੂੰ, ਕਿਉਂਕਿ ਇਕੱਠ ਜ਼ਿਆਦਾ ਨਹੀਂ ਸੀ। ਸੋ ਇਕੱਠ ਵੀ ਨਾ ਹੁੰਦਾ, ਲੇਕਿਨ ਜੇ ਪ੍ਰਧਾਨ ਮੰਤਰੀ ਜੀ ਸਾਨੂੰ ਕੁਝ ਦੇਣ ਦਾ ਵਾਅਦਾ ਕਰ ਜਾਂਦੇ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਇਸ ਚੀਜ਼ ਦੀ। ਪਰ ਅੱਜ ਜਲੰਧਰ ਦੇ ਵਿੱਚ ਇਸ ਗੱਲ ਦੀ ਨਿਰਾਸ਼ਾ ਹੈ। ਲੇਕਿਨ ਮੈਂ ਜਲੰਧਰ ਵਾਸੀਆਂ ਨੂੰ ਨਿਰਾਸ਼ਾ 'ਚੋਂ ਕੱਢ ਕੇ ਇਹ ਬੇਨਤੀ ਕਰਨਾ ਕਿ ਅਸੀਂ ਬੈਠੇ ਹਾਂ, ਕਾਂਗਰਸ ਪਾਰਟੀ ਦਾ ਰਾਜ ਆਉਣ ਵਾਲਾ ਹੈ, ਕਾਂਗਰਸ ਪਾਰਟੀ ਇੱਥੇ ਇੰਡਸਟਰੀ ਨੂੰ ਰਿਵਾਈਵ ਕਰੇਗੀ, ਇਸ ਗੱਲ ਦਾ ਮੈਂ ਵਾਅਦਾ ਕਰਨਾ। ਕਾਂਗਰਸ ਪਾਰਟੀ ਸਿੱਖਿਆ ਖੇਤਰ ਦੇ ਵਿੱਚ ਇੱਥੇ ਯੂਨੀਵਰਸਿਟੀ ਲੈ ਕੇ ਆਏਗੀ,
ਇੱਥੇ ਸਰਕਾਰੀ ਕਾਲਜ ਆਣਗੇ, ਜਨਰਲ ਯੂਨੀਵਰਸਿਟੀ ਆਏਗੀ ਅਤੇ ਖੋਜ ਕੇਂਦਰ ਬਣਨਗੇ। 30 ਲੱਖ ਨੌਕਰੀਆਂ ਦਾ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਵਾਅਦਾ ਕੀਤਾ ਹੈ। 8500 ਰੁਪਈਆ ਪਰ ਔਰਤ, ਜਿਹੜੀ ਕਿ ਇੱਕ ਪਰਿਵਾਰ ਦੀ ਮੁਖੀ ਔਰਤ ਹੈ, ਗਰੀਬ ਦੀ, ਉਹਨਾਂ ਨੂੰ ਪਰ ਮੰਥ ਦੇਣ ਦਾ ਵਾਅਦਾ ਕੀਤਾ ਹੈ। MSP ਬਾਰੇ ਮੈਨੂੰ ਪੂਰੀ ਉਮੀਦ ਸੀ ਕਿ ਕੋਈ ਕਿਸਾਨੀ ਦੀ ਗੱਲ ਕਰਕੇ ਜਾਣਗੇ, ਪ੍ਰਧਾਨ ਮੰਤਰੀ ਜੀ ਨਹੀਂ ਕੀਤਾ। ਅਸੀਂ ਗਰੰਟੀ ਦਿੰਦੇ ਹਾਂ ਕਿ ਕੇਂਦਰ ਦੇ ਵਿੱਚ ਸਾਡੀ ਸਰਕਾਰ ਆਏਗੀ ਤਾਂ ਅਸੀਂ MSP ਗਰੰਟੀ ਕਾਨੂੰਨ ਲੈ ਕੇ ਆਵਾਂਗੇ। ਅਤੇ ਮਨਰੇਗਾ ਦੀ ਜਿਹੜੀ ਤਨਖਾਹ ਦਿਹਾੜੀ ਹੈ, ਉਹ ਅਸੀਂ ਪੰਜਾਬ ਦੇ ਵਿੱਚ 500 ਰੁਪਈਆ ਪ੍ਰਤੀ ਮਹੀਨਾ ਕਰਾਂਗੇ। ਅਤੇ ਪੁਰਾਣੀ ਓਲਡ ਸਕੀਮ ਪੈਨਸ਼ਨ ਦੀ ਜਿਹੜੀ ਹੈ, ਓਲਡ ਪੈਨਸ਼ਨ ਸਕੀਮ ਹੈ ਜਿਹੜੀ, ਉਹ ਅਸੀਂ ਲਾਗੂ ਕਰਾਂਗੇ। ਅਸੀਂ ਹਿਮਾਚਲ 'ਚ ਕੀਤੀ ਹੈ, ਅਸੀਂ ਰਾਜਸਥਾਨ 'ਚ ਕੀਤੀ ਹੈ ਸਾਡੀਆਂ ਸਰਕਾਰਾਂ ਨੇ, ਕੇਂਦਰ ਵੀ ਸਾਡੀ ਸਰਕਾਰ ਆਉਣ 'ਤੇ ਅਸੀਂ ਉਹ ਵੀ ਕਰਾਂਗੇ। ਬਾਬਾ ਸਾਹਿਬ ਅੰਬੇਦਕਰ ਦੇ ਨਾਮ 'ਤੇ ਅਸੀਂ ਇੱਥੇ ਯੂਨੀਵਰਸਿਟੀ ਲੈ ਕੇ ਆਵਾਂਗੇ। ਜਿਹੜਾ ਏਅਰਪੋਰਟ ਹੈ ਉਹਦਾ ਨਾਮ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਨਾਮ 'ਤੇ ਰੱਖਿਆ ਜਾਏਗਾ। ਇਹ ਅਸੀਂ ਵਚਨਬੱਧ ਹੈ, ਅਸੀਂ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਅਤੇ ਇੱਥੇ ਵੀ ਕੀਤਾ। ਇੱਥੇ ਸਾਡਾ ਇਹ ਮੈਨੀਫੈਸਟੋ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਮੈਡੀਕਲ ਟੂਰਿਜ਼ਮ ਨੂੰ ਜਲੰਧਰ ਦੇ ਵਿੱਚ ਬੜਾਵਾ ਦੇਣਾ। ਇੱਥੇ ਬਹੁਤ ਸਕੋਪ ਹੈ, ਬਾਹਰ ਦੇ ਲੋਕ ਆ ਕੇ ਇੱਥੇ ਇਲਾਜ ਕਰਾਉਣਾ ਚਾਹੁੰਦੇ ਹੈ। ਅਸੀਂ ਵਾਹਗਾ ਬਾਰਡਰ ਨੂੰ ਖੋਲ੍ਹ ਕੇ ਜਿੰਨਾ ਇਸ ਪਾਸੇ ਦਾ ਮੈਡੀਕਲ ਲੋਕਾਂ ਨੂੰ ਸਹੂਲਤਾਂ ਚਾਹੀਦੀਆਂ, ਉਹ ਇੱਥੇ ਆਰਾਮ ਨਾਲ ਆ ਕੇ ਪਾਕਿਸਤਾਨ ਤੋਂ ਜਾਂ ਹੋਰ ਇੱਥੇ ਬਾਈ ਰੋਡ ਵੀ ਆ ਸਕਦੇ ਹੈ, ਉਹ ਇੱਥੇ ਇਲਾਜ ਕਰਾਇਆ ਕਰਨਗੇ। ਅਤੇ ਬਾਹਰੋਂ ਦੇਸ਼ਾਂ 'ਚੋਂ ਆ ਕੇ, ਕਿਉਂਕਿ ਬਾਹਰਲੇ ਦੇਸ਼ਾਂ 'ਚ ਬਹੁਤ ਮਹਿੰਗਾ ਇਲਾਜ ਹੈ, ਇੱਥੇ ਅਸੀਂ ਇਹ ਫੈਸਿਲਿਟੀਆਂ ਤਿਆਰ ਕਰਾਂਗੇ, ਮੈਡੀਕਲ ਟੂਰਿਜ਼ਮ ਨੂੰ ਵਧਾਵਾ ਦੇਵਾਂਗੇ। ਏਮਸ ਹੋਸਪਿਟਲ ਜਾਂ PGI ਅਸੀਂ ਇੱਥੇ ਦੋਨਾਂ 'ਚੋਂ ਇੱਕ ਲੈ ਕੇ ਆਵਾਂਗੇ। ਅਤੇ ਸਿਵਲ ਹਸਪਤਾਲ ਨਾਲ ਇੱਥੇ ਦੇ ਬੁਰਾ ਹਾਲ ਹੈ, ਇਹਨਾਂ ਨੂੰ ਅਪਗ੍ਰੇਡ ਕਰਨਾ ਹੈ। ਅਤੇ ਇਹ ਜਿਹੜਾ ਇੱਥੇ ਪਹਿਲਾਂ ਤੋਂ PIMS ਦਾ ਹੋਸਪਿਟਲ ਹੈ, ਉਹ ਸਰਕਾਰੀ ਹੱਥਾਂ 'ਚ ਜਾਏਗਾ, ਇਸ ਚੀਜ਼ ਦਾ ਅਸੀਂ ਵਿਸ਼ਵਾਸ ਦਵਾਉਂਦੇ ਹਾਂ। ਸਨਅਤਾਂ ਦੇ ਵਿੱਚ ਇੱਥੇ IT ਹੱਬ ਕੇਂਦਰ ਸਰਕਾਰ ਵੱਲੋਂ ਅਸੀਂ ਬਣਾਵਾਂਗੇ ਜਦੋਂ ਸਾਡੀ ਸਰਕਾਰ ਆਈ। ਅਤੇ ਖੇਡਾਂ ਨੂੰ, ਖੇਡ ਸਨਅਤ ਨੂੰ ਮੁੜ ਸੁਰਜੀਤ, ਉਹ ਮੈਂ ਤੁਹਾਨੂੰ ਦੱਸਦਾ ਕਿ ਇੰਡਸਟਰੀ ਅਸੀਂ ਸਾਰੀ ਉਹ ਦੁਬਾਰੇ, ਹੱਡਾਂ ਰੋੜੀਆਂ ਇਹਨਾਂ ਨੇ ਬੰਦ ਕਰਤੀਆਂ, ਸਾਡਾ ਰੋ ਮਟੀਰੀਅਲ ਚਮੜੇ ਦਾ ਆਉਣਾ ਬੰਦ ਹੋ ਗਿਆ, ਸਾਡੀ ਫੋਰਜਿੰਗ ਇੰਡਸਟਰੀ ਖਤਮ ਹੋ ਰਹੀ ਹੈ, ਸਾਡੀ ਟੂਲ ਮਸ਼ੀਨਾਂ ਬਣਨ ਵਾਲੀ ਸਾਰੀ ਇੰਡਸਟਰੀ ਖਤਮ ਹੋ ਰਹੀ ਹੈ। ਰੋਜ਼ਗਾਰ ਦੇ ਵਿੱਚ ਅਸੀਂ ਨਵੇਂ ਸਟਾਰਟਅਪ ਸਕੀਮ ਲੈ ਕੇ ਆਵਾਂਗੇ ਬੱਚਿਆਂ ਨੂੰ ਰੋਜ਼ਗਾਰ ਕਿੱਤਾ ਮੁਖੀ ਬਣਾਉਣ ਵਾਸਤੇ। ਖੇਡਾਂ ਦਾ ਵਧੀਆ ਇੱਥੇ ਅਸੀਂ ਕ੍ਰਿਕਟ ਸਟੇਡੀਅਮ ਬਣਾਉਣਾ ਹੈ, ਅਤੇ ਨਾਲ ਬਾਕੀ ਹਾਕੀ ਇੱਥੇ ਦੀ ਮੇਨ ਗੇਮ ਹੈ, ਉਸ ਦੇ ਸਟੇਡੀਅਮਾਂ ਦੀ ਇੰਪਰੂਵਮੈਂਟ, ਅਤੇ ਇਨਡੋਰ ਸਟੇਡੀਅਮ ਵੀ ਅਸੀਂ ਬਣਾਉਣੇ ਹੈ। ਅਤੇ ਸ਼ਹਿਰ ਦੇ ਮਸਲੇ, ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ। ਆਮ ਆਦਮੀ ਪਾਰਟੀ ਨੂੰ ਇਹ ਸੋਚਣਾ ਚਾਹੀਦਾ ਸੀ ਕਿ 2 ਸਾਲ ਉਹਨਾਂ ਦੇ MLA ਨੇ ਮਾਫੀਆ ਨੂੰ ਇੱਥੇ ਬੜਾਵਾ ਦਿੱਤਾ, ਇੱਥੇ ਜਿਹੜੀ ਦੜਾ ਸੱਟਾ, ਇੱਥੇ ਲੋਟਰੀ, ਇੱਥੇ ਨਸ਼ੇ, ਉਹਦੇ 'ਚ ਆਮ ਆਦਮੀ ਪਾਰਟੀ ਦੇ ਲੀਡਰ ਬੁਰੀ ਤਰ੍ਹਾਂ ਇਨਵੋਲਵ ਹੈ, ਜਿਹੜੇ ਕਿ ਹੁਣ BJP 'ਚ ਚਲੇ ਗਏ। ਉਹ ਖਾਸ ਤੌਰ 'ਤੇ BJP ਨੇ ਲੈਣ ਲੱਗੇ ਨਹੀਂ ਸੋਚਿਆ ਕਿ ਅਸੀਂ ਕਿਹਾ ਜਿਹਾ ਸਟਾਫ ਲੈ ਰਹੇ। ਜੇ ਕੋਈ BJP ਨੂੰ ਵੋਟ ਵੀ ਪਾਉਣਾ ਚਾਹੁੰਦਾ ਹੈ ਤਾਂ ਉਹ ਰਿੰਕੂ ਵੱਲ ਦੇਖਦਾ ਹੈ ਕਿ ਇਹ ਜਿਹੜਾ ਡੌਨ ਇੱਥੇ ਪੈਦਾ ਹੋਇਆ ਮਾਫੀਆ ਦਾ, ਅਲਟੀਮੇਟਲੀ ਸਾਨੂੰ ਇਸ ਬੰਦੇ ਕੋਲ ਜਾਣਾ ਪੈਣਾ, ਇਹਦੀ ਮਿਹਨਤ ਕਰਨੀ ਪੈਣੀ ਕੰਮ ਕਰਾਉਣ ਨੂੰ, ਔਰ ਇਹਦੇ ਕੋਲ ਕੋਈ ਆਸ ਨਹੀਂ ਹੈ ਲੋਕਾਂ ਨੂੰ। ਜਿਸ ਤਰੀਕੇ ਦਾ ਇੱਥੇ ਇਹਨਾਂ ਨੇ ਮਾਫੀਆ ਓਪਰੇਟ ਕੀਤਾ,
ਉਸ ਤੋਂ ਅੱਜ ਜਲੰਧਰ ਸ਼ਹਿਰ ਬਹੁਤ ਦੁਖੀ ਹੋ ਗਿਆ। ਇੱਥੇ ਗੋਲੀਆਂ ਚੱਲ ਰਹੀਆਂ, ਇੱਥੇ ਸਨੈਚਿੰਗ ਹੋ ਰਹੀ ਹੈ, ਇੱਥੇ ਲੁੱਟਾਂ ਹੋ ਰਹੀਆਂ, ਇੱਥੇ ਫਰੌਤੀਆਂ ਮੰਗੀਆਂ ਜਾ ਰਹੀਆਂ, ਇੱਥੇ ਚੋਰੀਆਂ ਹੋ ਰਹੀਆਂ, ਇੱਥੇ ਡਾਕੇ ਪੈ ਰਹੇ। ਇਸ ਸਿਸਟਮ ਨੂੰ, ਸਾਰੇ ਨੂੰ, ਮਾਹੌਲ ਨੂੰ ਅੱਛਾ ਕਰਨ ਵਾਸਤੇ ਕਾਂਗਰਸ ਪਾਰਟੀ ਸਮਰੱਥ ਹੈ। ਪਹਿਲਾਂ ਵੀ ਕੀਤਾ ਹੈ ਅਤੇ ਅੱਗੇ ਨੂੰ ਵੀ ਕਾਂਗਰਸ ਪਾਰਟੀ, ਅਸੀਂ ਆਪਣੀ ਜਾਨ ਦੇ ਦਾਂਗੇ। ਲੇਕਿਨ ਇੱਥੇ ਤਾਂ ਮਾਫੀਆ ਦਾ ਜਿਹੜਾ ਨੈਕਸਸ ਹੈ, ਇਹਨੂੰ ਤੋੜ ਕੇ ਸਾਹ ਲਵਾਂਗੇ। ਪਹਿਲਾਂ ਵੀ ਕਾਂਗਰਸ ਨੇ ਜਾਨਾਂ ਵਾਰ ਕੇ ਇੱਥੇ ਸ਼ਾਂਤੀ ਔਰ ਕਾਨੂੰਨ ਵਿਵਸਥਾ ਨੂੰ ਬਰਕਰਾਰ ਕੀਤਾ। ਹੁਣ ਵੀ ਇਹ ਮੇਰੀ ਡਿਊਟੀ ਹੋਏਗੀ, ਜਾਂ ਚੰਨੀ ਰਹੇਗਾ, ਜਾਂ ਨਸ਼ਾ ਵੇਚਣ ਵਾਲੇ ਰਹਿਣਗੇ, ਜਾਂ ਇਹ ਮਾਫੀਆ ਰਹੇਗਾ ਵਿੱਚ ਵਿਚਾਲੇ। ਮੈਂ ਹੋਰ ਕੁਛ ਰਹਿਣ ਨਹੀਂ ਦੇਣਾ। ਇੱਕ ਹਵਾਈ ਅੱਡੇ ਦਾ ਨਾਮ ਜਿਹੜਾ ਮੈਂ ਤੁਹਾਨੂੰ ਦੱਸਿਆ, ਵਾਤਾਵਰਨ ਦਾ ਇੱਥੇ, ਇਨਵਾਇਰਮੈਂਟ ਦਾ ਇੰਪਰੂਵਮੈਂਟ, ਕਿਉਂਕਿ ਮੈਂ ਇੱਥੇ ਸਮੂਹਿਕ ਡਿਵੈਲਪਮੈਂਟ ਕਰਾਉਣੀ, ਕੋਈ ਗਲੀਆਂ ਨਾਲੀਆਂ ਇਕੱਲੀਆਂ ਨਹੀਂ, ਇਨਵਾਇਰਮੈਂਟ ਠੀਕ ਕਰਨਾ, ਐਜੂਕੇਸ਼ਨ ਠੀਕ ਕਰਨੀ, ਹੈਲਥ ਠੀਕ ਕਰਨੀ, ਇੱਥੇ ਲੋਕਾਂ ਦੀ ਇਨਕਮ ਦੇ ਸਾਧਨ ਬਣਾਉਣੇ, ਇੱਥੇ ਅੱਛਾ ਵਾਤਾਵਰਨ, ਜਿਹੜਾ ਸਾਡਾ ਇੱਥੇ ਕਾਨੂੰਨ ਵਿਵਸਥਾ ਉਹ ਠੀਕ ਕਰਨੀ ਹੈ। ਸੜਕਾਂ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ। ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਨੇ ਰੋਡ ਰੋਲਰ ਨਹੀਂ ਦੇਖਿਆ, ਪਿਛਲੇ 2 ਸਾਲਾਂ ਦੇ ਵਿੱਚ ਲੁੱਕ ਵਾਲੇ ਨਹੀਂ ਦੇਖੇ। ਇਹ ਸਾਰਾ ਕੁਛ ਇੱਥੇ ਠੀਕ ਕਰਨ ਵਾਲਾ ਹੈ। ਨਸ਼ਿਆਂ ਦੀ ਰੋਕਥਾਮ ਦਾ ਵੱਡਾ ਮਸਲਾ ਹੈ। ਅਸੀਂ ਇਹ ਜਿਹੜਾ ਮੈਨੀਫੈਸਟੋ ਅੱਜ ਜਾਰੀ ਕਰਾਂਗੇ, ਅਤੇ ਨਾਲ ਨਾਲ ਜੋ ਮੈਂ ਪਹਿਲਾਂ ਕੰਮ ਕੀਤੇ ਹੈ ਜਲੰਧਰ ਸ਼ਹਿਰ ਦੇ, ਜਿਹਦੇ ਵਿੱਚ ਆਦਮਪੁਰ 'ਚ ਕਾਲਜ ਵੀ ਖੋਲ੍ਹਿਆ ਹੈ, ਡੇਰਾ ਬੱਲਾਂ ਨੂੰ 25 ਕਰੋੜ ਰੁਪਇਆ ਦਿੱਤਾ ਹੈ, ਸਤਿਗੁਰ ਕਬੀਰ ਮਹਾਰਾਜ ਜੀ ਦੇ ਕਮਿਊਨਿਟੀ ਸੈਂਟਰ ਨੂੰ ਪੈਸੇ ਦਿੱਤੇ ਹੈ, ਇੱਥੇ ਮੈਂ ਖਾਟੀ ਭਗਵਾਨ ਪਰਸ਼ੂਰਾਮ ਜੀ ਦੇ ਮੰਦਰ ਨੂੰ 10 ਕਰੋੜ ਰੁਪਇਆ ਦਿੱਤਾ ਹੈ, ਇੱਥੇ ਦਾ ਜਿਹੜਾ ਦੇਵੀ ਤਲਾਬ ਮੰਦਰ ਹੈ ਉਹਦਾ GST ਮਾਫ਼ ਅਸੀਂ ਕੀਤਾ ਸੀ ਕਿ ਜਿਹੜਾ ਉੱਥੇ ਲੰਗਰ ਪ੍ਰਥਾ ਜੀ ਚੱਲੇਗੀ, ਉੱਥੇ GST ਕੁਛ ਵੀ ਉਹਨਾਂ ਨੇ ਖਰੀਦਣਾ ਉਹਦਾ GST ਮਾਫ਼ ਹੋਏਗਾ। ਇਹ ਮੈਂ ਕੈਬਨਿਟ ਦੇ ਵਿੱਚ ਪਾਸ ਕੀਤਾ ਹੋਇਆ, ਜਿਹੜਾ ਕਿ ਆਮ ਲੋਕਾਂ ਨੂੰ ਨਹੀਂ ਪਤਾ ਕਿ ਮੈਂ ਦੇਵੀ ਤਲਾਬ ਮੰਦਰ ਦਾ ਵੀ GST ਮਾਫ਼ ਕੀਤਾ ਹੈ। ਬਹੁਤ ਕੰਮ ਮੈਂ ਜਲੰਧਰ ਦੇ ਵਿੱਚ ਕੀਤੇ ਹੈ, ਉਹਨਾਂ ਦੀ ਮੈਂ ਲਿਸਟ ਜਾਰੀ ਕਰਾਂਗਾ। ਅਤੇ ਨਾਲ ਨਾਲ ਆਉਣ ਵਾਲੇ ਸਮੇਂ 'ਚ ਮੈਂ ਇਹ ਘਰ ਇੱਥੇ ਰਹਿਣ ਲੱਗ ਗਿਆ, ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ। ਕਦੇ ਕੋਈ ਜਿੱਤ ਕੇ ਨਹੀਂ ਜਾਂਦਾ ਹੁੰਦਾ, ਮੈਂ ਜਿੱਤ ਕੇ ਜਦੋਂ ਤੁਸੀਂ ਮੈਨੂੰ ਜਿਤਾਓਗੇ ਤਾਂ ਮੈਂ ਤੁਹਾਡੇ ਵਿਚਕਾਰ ਰਹਾਂਗਾ। ਇਸ ਗੱਲ ਦਾ ਮੈਂ ਤੁਹਾਨੂੰ ਵਾਅਦਾ ਦਿੰਦਾ। ਔਰ ਮੇਰਾ ਕੋਈ ਨਾ ਇਹ ਪਹਿਲਾ ਇਲੈਕਸ਼ਨ ਹੈ, ਨਾ ਮੇਰਾ ਆਖਰੀ ਹੈ। ਜੇ ਮੈਂ ਅੱਜ ਤੱਕ ਮੈਂ ਕਿਸੇ ਨੂੰ ਜੋ ਗੱਲ ਕਹੀ ਉਹਦੇ 'ਤੇ ਖੜਿਆ, ਧੋਖਾ ਨਹੀਂ ਦਿੱਤਾ, ਅਤੇ ਹੁਣ ਵੀ ਮੈਂ ਜੇ ਕਹਿ ਰਿਹਾ ਕਿ ਮੈਂ ਇੱਥੇ ਰਹਿ ਕੇ ਸੇਵਾ ਕਰਾਂਗਾ ਤਾਂ ਮੈਂ ਧੋਖਾ ਨਹੀਂ ਕਰਾਂਗਾ, ਤੁਹਾਡੇ ਵਿਚਕਾਰ ਰਹਿ ਕੇ ਹੀ ਸੇਵਾ ਕਰਾਂਗਾ। ਇੱਕ ਮੇਰਾ ਆਮ ਆਦਮੀ ਪਾਰਟੀ ਦੇ ਨਾਲ ਮੁੱਖ ਮੰਤਰੀ ਨੂੰ ਸਵਾਲ ਹੈ ਕਿ ਤੇਰਾ ਕਿਸਾਨਾਂ ਦੇ ਨਾਲ ਕਿਆ ਬੈਰ ਹੈ? ਪ੍ਰਧਾਨ ਮੰਤਰੀ ਜੀ ਆ ਰਹੇ ਹੈ, ਇੱਕ ਇਲੈਕਸ਼ਨ ਰੈਲੀ ਹੈ, ਹਮੇਸ਼ਾ ਹੁੰਦੀ ਹੈ, ਉਹਨਾਂ ਦਾ ਜੀ ਆਇਆਂ ਨੂੰ ਇੱਥੇ ਆਇਆ ਅਤੇ ਉਹਨਾਂ ਨੂੰ ਆਉਣਾ ਵੀ ਚਾਹੀਦਾ ਸੀ, ਇਹ ਵੱਖਰੀ ਗੱਲ ਹੈ, ਉਹਨਾਂ ਨੇ ਕੁਝ ਦਿੱਤਾ ਨਹੀਂ। ਪਰ ਤੁਸੀਂ ਕਿਉਂ ਰਾਤ ਨੂੰ ਕਿਸਾਨ ਚੱਕੇ? ਪੰਜਾਬ ਪੁਲਿਸ ਤੋਂ ਕਿਸਾਨਾਂ ਨੂੰ ਰਾਤ ਨੂੰ ਉਹਨਾਂ ਦੇ ਘਰ ਵਿੱਚ ਜਾ ਕੇ ਜਲੀਲ ਕਰਾਇਆ, ਅਗਲੇ ਦਿਨ ਕਿਸਾਨਾਂ ਨੂੰ ਨਜ਼ਰਬੰਦ ਰੱਖਿਆ। ਅਸੀਂ, ਸਾਡਾ ਗਰਜ ਮੁੱਖ ਮੰਤਰੀ ਦੇ ਨਾਲ ਹੈ ਕਿ ਤੁਸੀਂ ਇੱਥੇ ਦੇ ਇੰਪਲਾਈਜ਼ ਨੂੰ, ਜਦ ਵੀ ਤੁਹਾਡੀ ਫੇਰੀ ਆਉਂਦੀ ਹੈ ਤੁਸੀਂ ਇੰਪਲਾਈਜ਼ ਯੂਨੀਅਨ ਨੂੰ ਫੜ ਕੇ ਅੰਦਰ ਦੇ ਦਿੰਦੇ ਹੋ, ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ। ਇਹ ਜਿਹੜਾ ਅਰਾਜਕਤਾ ਫੈਲਾ ਰਹੀ ਹੈ ਆਮ ਆਦਮੀ ਪਾਰਟੀ, ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੇ।
ਇਸ ਲਈ ਇਹਦਾ ਮੁੱਖ ਮੰਤਰੀ ਜਵਾਬ ਦੇਵੇ ਕਿ ਕਿਉਂ ਇਸ ਤਰੀਕੇ ਦਾ ਧੱਕਾਸ਼ਾਹੀ 2 ਦਿਨ ਲਗਾਤਾਰ ਕੀਤੀ ਗਈ ਕਿਸਾਨਾਂ ਦੇ ਨਾਲ ਅਤੇ ਇੰਪਲਾਈਜ਼ ਦੇ ਨਾਲ। ਲੋਕਾਂ ਨੂੰ ਹੈਰਾਨ ਕੀਤਾ ਗਿਆ, ਜਾਣ ਬੁੱਝ ਕੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਗਿਆ। ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਹੈ। ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਉਹਨਾਂ ਦਾ ਜਿਹੜੀ ਸਾਜਿਸ਼ ਹੈ, ਉਹਨਾਂ ਨੇ ਇੱਥੇ ਬੱਸ ਵੀ ਤੜਵਾਈ ਹੈ 2 ਦਿਨ ਪਹਿਲਾਂ, ਜਦਕਿ ਸਾਡੀ ਆ ਰਹੀ ਸੀ। ਉਹਦੇ ਵਿੱਚ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਟੋਟਲ ਫਿਲਮਾਇਆ ਗਿਆ ਹੈ ਔਰ ਦਿਖਾਇਆ ਗਿਆ ਹੈ। ਉਸ ਨੂੰ ਅਸੀਂ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਤਿਆਰ ਕੀਤਾ ਕਿ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਸਾਡਾ ਇਤਿਹਾਸ ਪਤਾ ਲੱਗੇ। ਫਿਰ ਕਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਕਹਿ ਰਹੇ ਹੈ ਕਿ ਜੀ ਸਾਡਾ ਇਤਿਹਾਸ ਨਹੀਂ ਦਿਖਾਇਆ ਜਾਂਦਾ। ਹੋਰ ਦੱਸੋ, ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਆਉਂਦੀ ਹੈ ਤੇ ਜਿਹੜਾ ਅੱਤਵਾਦ ਹੈ ਉਹ ਫਿਰ ਤੋਂ ਜਿਹੜੇ ਬੰਦੇ ਇੱਥੇ ਮਾਫੀਆ ਚਲਾ ਰਹੇ, ਇਹਨਾਂ ਨੂੰ ਆਪਣਾ ਕੋਈ ਬੰਦਾ ਨਹੀਂ ਮਿਲਿਆ ਬੀਜੇਪੀ ਨੂੰ ਇੱਥੇ ਖੜਾ ਕਰਨ ਵਾਸਤੇ। ਜਿਹੜੇ ਬੰਦੇ ਇੱਥੇ ਮਾਫੀਆ ਨੂੰ ਆਪਰੇਟ ਕਰ ਰਹੇ ਹੈ, ਉਹਨਾਂ ਨੂੰ ਪਾਰਟੀ ਵਿੱਚ ਲੈ ਕੇ ਉਹਨਾਂ ਦੀ ਵਿਸਾਖੀਆਂ ਬਣਾ ਕੇ ਤਾਂ ਇਲੈਕਸ਼ਨ ਲੜ ਰਹੇ। ਫਿਰ ਇਹ ਕਿਸ ਤਰੀਕੇ ਨਾਲ ਕਹਿ ਰਹੇ ਹੈ ਕਿ ਜੀ ਇੱਥੇ ਮਾਹੌਲ ਠੀਕ ਕਰ ਦੇਣਗੇ? ਕਿਆ ਸ਼ੀਤਲ ਉਂਗਰਾਲ ਦੇ ਕਰੈਕਟਰ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ 19 ਕੇਸ ਹੈ ਸ਼ੀਤਲ ਉਂਗਰਾਲ 'ਤੇ? ਕਿਆ ਉਹਨਾਂ ਨੂੰ ਜਿਹੜੀਆਂ ਰਿੰਕੂ ਹੈ ਉਹਦੀਆਂ ਐਕਟੀਵਿਟੀਜ਼ ਦਾ ਪਤਾ ਨਹੀਂ ਹੈ, ਉਸ ਨੂੰ ਟਿਕਟ ਦਿੱਤੀ ਹੈ? ਕਿਆ ਬੀਜੇਪੀ ਕੋਲ ਕੋਈ ਅੱਛਾ ਨੌਜਵਾਨ ਜਾਂ ਕੋਈ ਬੀਜੇਪੀ ਦਾ ਕੋਈ ਵਰਕਰ ਇੱਥੇ ਬਚਿਆ ਹੀ ਨਹੀਂ ਸੀ ਕਿ ਬਾਹਰੋਂ ਲਿਆ ਕੇ ਬੰਦਾ ਦੇਣਾ ਪਿਆ, ਦਲ ਬਦਲੂ ਕਰਾ ਕੇ ਉਹਨੂੰ ਉਹਦਾ ਵੀ ਕਰੈਕਟਰ ਖਰਾਬ ਕਰਤਾ? ਇੱਥੇ ਸਾਡਾ ਸੱਭਿਆਚਾਰ ਵਿਗਾੜਿਆ ਇਹਨਾਂ ਨੇ, ਉਸ ਨੂੰ ਗੰਧਲਾ ਕੀਤਾ, ਬੰਦਿਆਂ ਨੂੰ ਖਰੀਦ ਖਰੀਦ ਕੇ ਅੱਗੇ ਲੈ ਕੇ ਜਾ ਰਹੇ, ਲਾਲਚ ਦੇ ਕੇ ਅਤੇ ਚੌਧਰਾਂ ਦੇ ਹੱਕ 'ਚ। ਇਸ ਕਰਕੇ ਉਹ ਆਪਣੇ ਜਿਹੜਾ ਮੰਜਾ ਉਹਦੇ ਥੱਲੇ ਝਾੜੂ ਫੇਰ ਲੈਣ। ਜਦ ਵੀ ਪ੍ਰਧਾਨ ਮੰਤਰੀ ਜੀ ਆਉਂਦੇ ਸਾਡੇ ਤਾਂ ਕਲੇਸ਼ ਪਾ ਕੇ ਚਲੇ ਜਾਂਦੇ ਭਾਈ। ਪਿਛਲੀ ਵਾਰ ਵੀ ਪਾ ਗਏ ਸੀ, ਐਤਕੀ ਫਿਰ ਕਿਸਾਨਾਂ ਦਾ ਕੱਲ੍ਹ ਨਾਸ ਮਾਰਤਾ, ਸਾਰੀ ਰਾਤ ਕਿਸਾਨ ਅੰਦਰ ਮੱਛਰ ਲੜਾਏ ਜੇਲ੍ਹਾਂ ਦੇ ਵਿੱਚ। ਮੈਂ ਤਾਂ ਉਹਨਾਂ ਨੂੰ ਕਹਿਣਾ ਜੀ ਤੁਸੀਂ ਪੰਜਾਬ ਵਾਸਤੇ ਆਪਣਾ ਨਜ਼ਰੀਆ ਠੀਕ ਕਰੋ ਅਤੇ ਪੰਜਾਬ ਤੁਹਾਡੇ ਨਾਲ ਲੱਗੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿਸੇ ਵੀ ਪਾਰਟੀ ਦੇ ਨਾਲ, ਲੇਕਿਨ ਸਖਾਵਾਂ ਮਾਹੌਲ ਬਣਾਵੇ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕਾਂ ਨੂੰ ਕੋਈ ਅੱਛਾ ਵਿਸ਼ਵਾਸ ਦੇ ਕੇ ਜਾਂਦੀ। ਇੱਥੇ ਬੀਜੇਪੀ ਦੀ ਕੱਲ੍ਹ ਰੈਲੀ ਕੁਛ ਨਹੀਂ ਦਿੱਤਾ, ਉਹਦੇ ਕਰਕੇ ਲੋਕ ਨਿਰਾਸ਼ ਹੈ। ਥੈਂਕ ਯੂ। ਕਿ ਕਾਂਗਰਸ ਕੋ ਕੋਈ ਇਦਾਂ ਦਾ ਐਸੀ ਕੈਟਾਗਰੀ ਜਾਂ ਦਲਿਤ ਲੀਡਰ ਨਹੀਂ ਸੀਗਾ ਕਿ ਜਿਹੜਾ ਕਿ ਉਹਨਾਂ ਨੂੰ ਕਹਿੰਦੇ ਇਲੈਕਸ਼ਨ? ਪਾਕਿਸਤਾਨ ਚਲੇ ਗਿਆ ਚੰਨੀ, ਪਾਰਟੀ ਤਾਂ ਨਹੀਂ ਬਦਲੀ ਚੰਨੀ ਨੇ? ਪਾਰਟੀ ਨਹੀਂ ਬਦਲੀ, ਮੈਂ ਕਹ ਰਿਹਾ ਪਾਰਟੀ ਪਾਰਟੀ ਦਾ ਬੰਦਾ ਚਾਹੀਦਾ ਹੈ। ਮੇਰਾ ਏਰੀਆ ਜਨਰਲ ਸੀਗਾ, ਮੈਂ ਰਿਜ਼ਰਵ ਦੇ ਵਿੱਚ ਆਇਆ, ਮੈਂ ਆਪਣੇ ਜੇਠੇਰਿਆਂ ਕੋਲ ਆਇਆ, ਮੇਰੇ ਦਾਦੇ ਪੜਦਾਦੇ ਇੱਥੇ ਦੀ ਸੀ, ਮੈਂ ਇੱਥੇ ਘਰ ਲਿਆ, ਮੇਰੇ ਜਠੇਰੇ ਇੱਥੇ ਜਲੰਧਰ ਦੇ ਵਿੱਚ ਹੈ, ਮੈਂ ਤਾਂ ਆ ਕੇ ਉੱਥੇ ਨਤਮਸਤਕ ਹਰ ਵਾਰ ਹੁੰਦਾ। ਸਾਡੇ ਕੋਈ ਮੁੰਡਾ ਜੰਮਦਾ, ਸਾਡੇ ਕੋਈ ਖੁਸ਼ੀ ਆਉਂਦੀ ਘਰ ਦੇ ਵਿੱਚ, ਪਹਿਲਾਂ ਅਸੀਂ ਆਪਣੇ ਜਠੇਰਿਆਂ ਦੇ ਮੱਥਾ ਟੇਕ ਕੇ ਜਲੰਧਰ ਆਉਂਦੇ, ਹੁਣ ਅਸੀਂ ਜਲੰਧਰ ਆ ਗਏ ਤਾਂ ਕਿਆ ਮਾੜੀ ਗੱਲ ਕਰੀ? ਮੈਂ ਨਹੀਂ ਕਹਿੰਦਾ, ਉਹਨਾਂ ਦਾ ਨਜ਼ਰੀਆ ਕਹਿ ਰਿਹਾ। ਇਹ ਜਿਹੜਾ ਆਮ ਆਦਮੀ ਪਾਰਟੀ ਨੇ ਕੱਲ੍ਹ ਕਿਸਾਨਾਂ ਨੂੰ ਚੱਕ ਚੱਕ ਕੇ ਅੰਦਰ ਦਿੱਤਾ, ਉਸਦਾ ਕਿਆ ਮਤਲਬ ਹੈ? ਇਹ ਤਾਂ ਉਹ ਦੱਸਣ ਵੀ ਕਿਉਂ ਹੈ ਜੀ, ਕਿਉਂ ਉਹ MSP ਦੀ ਗਰੰਟੀ ਨਹੀਂ ਦੇ ਸਕੇ ਕੱਲ੍ਹ, ਕਿਉਂ ਉਹ ਸਾਡੇ ਵਪਾਰੀਆਂ ਨੂੰ ਵਿਸ਼ਵਾਸ ਨਹੀਂ ਦੇ ਸਕੇ ਕਿ ਜੀ ਇਸ ਮੈਂ ਤੁਹਾਡੀ ਕੇਅਰ ਕਰੂੰਗਾ, ਤੁਹਾਡਾ ਜਿਹੜਾ ਕਾਨੂੰਨ ਬਣਾਤਾ ਮੈਂ ਕਿ ਜੀ GST ਹੈ ਜਿਹੜਾ ਤੁਹਾਨੂੰ 31 ਮਾਰਚ ਤੱਕ ਜਮ੍ਹਾਂ ਕਰਾਉਣਾ ਪੈਣਾ, ਮੈਂ ਉਹ ਵਾਪਸ ਲਊਂਗਾ।
ਤੁਸੀਂ 45 ਦਿਨਾਂ ਤੱਕ ਦਾ ਆਧਾਰ ਨਹੀਂ ਦੇ ਸਕ ਤੋਂ ਜ਼ਿਆਦਾ ਆਧਾਰ ਨਹੀਂ ਦੇ ਸਕਦੇ। ਮੈਂ ਕਾਨੂੰਨ ਕਾਲਾ ਜਿਹੜਾ ਦੁਕਾਨਦਾਰਾਂ ਬਣਾ ਵਾਸਤੇ ਬਣਾਤਾ ਮੈਂ ਵਾਪਸ ਲਊਂਗਾ। ਉਹ ਸਾਡੇ ਵਪਾਰੀ ਵਾਸਤੇ ਕਿਆ ਦੇ ਕੇ ਗਏ ਆ ਕੱਲ੍ਹ? ਕਿਹੜਾ ਸਾਡੇ ਜਲੰਧਰ ਦੇ ਵਪਾਰੀ ਦੀ ਉਹਨਾਂ ਨੇ ਗੱਲ ਕੀਤੀ ਆ ਕੱਲ੍ਹ? ਜਲੰਧਰ ਦਾ ਵਪਾਰੀ ਅੱਜ ਨਿਰਾਸ਼ ਹੈ ਕਿ BJP ਨੇ ਉਹਨਾਂ ਦਾ ਕੱਲ੍ਹ ਦਿਲ ਤੋੜਿਆ। ਕੋਈ ਵੀ ਚੀਜ਼ ਵਪਾਰੀਆਂ ਵਾਸਤੇ ਅਨਾਊਂਸ ਨਹੀਂ ਕਰਕੇ ਅਡਾਨੀ ਔਰ ਅਦਾਨੀ ਦੇ ਇੱਥੇ ਬਣਾ ਕੇ ਬੜੇ ਬੜੇ ਮੌਲ ਸਾਡੇ ਜਲੰਧਰ ਦੀ ਜਿਹੜੀ ਦੁਕਾਨਦਾਰੀ ਆ ਉਹਨੂੰ ਖਤਮ ਕਰਨਾ ਚਾਹੁੰਦੇ ਆ।